ਜਲੰਧਰ ਦੀ ਜਿਮਣੀ ਚੋਣ ਜਿੱਤਣ ਵਾਲੇ ਆਪ ਤੇ ਮੋਹਿੰਦਰ ਭਗਤ ਦੀ ਲੱਗਦਾ ਕਿਸਮਤ ਚਮਕ ਗਈ ਹੈ, ਕਿਉਂਕਿ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਆ ਰਹੀ ਹੈ ਕਿ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਭਗਵੰਤ ਮਾਨ ਨੇ ਜਦੋਂ ਆਪਣਾ ਪ੍ਰਚਾਰ ਕੀਤਾ ਸੀ ਜਲੰਧਰ ਦੇ ਵਿੱਚ, ਤੇ ਉਹਨਾਂ ਜਲੰਧਰ ਵਾਸੀਆਂ ਨੂੰ, ਖਾਸ ਕਰਕੇ ਜਲੰਧਰ ਪੱਛਮੀ ਜਿੱਥੋਂ ਕਿ ਇਹ ਬਾਈਪੋਲ ਇਲੈਕਸ਼ਨ ਹੋਇਆ, ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਇੱਕ ਮੰਤਰੀ ਦਿੱਤਾ ਜਾਵੇਗਾ। ਹੁਣ ਆਪ ਦੇ ਜੋ ਮਹਿੰਦਰ ਭਗਤ ਨੇ ਉੱਥੋਂ ਜਿੱਤ ਗਏ ਨੇ ਤੇ ਉਹਨਾਂ ਨੂੰ ਖੇਡ ਮੰਤਰੀ ਬਣਾਇਆ ਜਾ ਸਕਦਾ ਹੈ। ਤੇ ਖੇਡ ਮੰਤਰਾਲੇ ਵੀ ਇਸ ਵਕਤ ਖਾਲੀ ਪਿਆ, ਕਿਉਂਕਿ ਸੰਗਰੂਰ ਤੋਂ ਜੋ ਮੈਂਬਰ ਆਫ ਪਾਰਲੀਮੈਂਟ ਬਣੇ ਨੇ ਮੀਤ ਏਅਰ, ਉਹਨਾਂ ਦੇ ਕੋਲ ਇਹ ਮੰਤਰਾਲੇ ਸੀ। ਹੁਣ ਉਹ ਮੈਂਬਰ ਆਫ ਪਾਰਲੀਮੈਂਟ ਬਣ ਗਏ ਨੇ ਸੰਗਰੂਰ ਤੋਂ, ਅਤੇ ਬਰਨਾਲਾ ਦੀ ਸੀਟ ਖਾਲੀ ਹੋ ਚੁੱਕੀ ਹੈ ਅਤੇ ਉਹਨਾਂ ਦੇ ਕੋਲ ਖੇਡ ਮੰਤਰਾਲੇ ਵੀ ਨਹੀਂ ਰਿਹਾ। ਇਹ ਮੰਤਰਾਲੇ ਖਾਲੀ ਹੋਣ ਦੇ ਕਰਕੇ ਲੱਗਦਾ ਹੈ ਕਿ ਇੱਕ ਦੋ ਦਿਨਾਂ ਦੇ ਵਿੱਚ ਮੋਹਿੰਦਰ ਭਗਤ ਨੂੰ ਸਹੁੰ ਚੁਕਾਈ ਜਾਏਗੀ, ਕਿਉਂਕਿ ਆਪ ਸਰਕਾਰ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਰਾਜਿਆਪਾਲ ਜਾਣੀ ਕਿ ਗਵਰਨਰ ਤੋਂ ਟਾਈਮ ਮੰਗ ਲਿਆ, ਅਤੇ ਆਪ ਦੇ ਮੋਹਿੰਦਰ ਭਗਤ ਕਿਸੇ ਵਕਤ ਵੀ ਸਪੋਰਟਸ ਮਿਨਿਸਟਰ ਬਣ ਸਕਦੇ ਨੇ। ਬਿਊਰੋ ਰਿਪੋਰਟ, TV24 ਪੰਜਾਬ।